ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਦੇਸ਼ ਵਿਦੇਸ਼ੀ ਚ ਰਹੋਣ ਵਾਲੇ ਸਭ ਨੇ ਭਾਰਤੀਆਂ ਕੀ ਆਜ਼ਾਦੀ ਆ ਦੇ ਦਿਹਾੜੇ ਦੀਆਂ ਦਿਲੀ ਤੌਰ ਪਰ ਸ਼ੁਭ ਕਾਮਨਾ ਇਹ ਦਿਨ ਅਸੀਂ ਸਭ ਨੇ ਲਈ ਅਤਿਅਗ ਖੁਸ਼ੀ ਤੇ ਉਤਸ਼ਾਹ ਅਧਿਨੇ ਇਸ ਬਰ ਸਵਾਧਿਨਤਾ ਦਿਵਸ ਦਾ ਖਾਸ ਮਤਵ ਹੈ ਕਿ ਜੇ ਇਸ ਬਰ ਅਸ ਆਪਣੀ ਆਜ਼ਾਦੀ ਦੀ 75ਵੀਂ ਬਰੇ ਗੰਡੂ ਦੇ ਉਪਲਖੇ ਚ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਮਨਾ ਕਰਨੇ ਆ ਇਸ ਤੇ ਆਸਕ ਮੌਕੇ ਪਰ ਤੁਸੇ ਸਭ ਨੇ ਕੀ ਮਤੀ ਮਤੀ ਬਧਾਈ ਸਵਾਧਿੰਤਾ ਲਤੇ ਅਲਾਸਾਡੇ ਲਈ ਗੁਲਾਮੀ ਤੋਂ ਮੁਕਤੀ ਦਾ ਤਿਆਰ ਹੈ ਆਜ਼ਾਦੀਆਂ ਦੇ ਕਈਆਂ ਪੀੜੀਆਂ ਦੇ ਪੰਛਾ ਨੂੰ ਬੇਪੰਛਾ ਨੂੰ ਜੋਧੇ ਦੇ ਸੰਘਰਸ਼ ਕਰੀ ਸਾੜੀ ਆਜ਼ਾਦੀਆਂ ਦਾ ਸੁਖਣਾ ਸਾਕਾਰ ਹੋਹਾ ਉਹਨੇ ਸਭ ਨੇ ਤਿਆਗ ਤੇ ਬਲੀਦਾਨ ਦੀਆਂ ਬੇਮਿਸਾਲ ਮਿਸਾਲਾਂ ਪੇਸ਼ ਕੀਤੀਆਂ ਹੀਆਂ ਉਹਦੀ ਸ਼ੂਰਵੀਰਤਾ ਤੇ ਪਰਾਕਰਮ ਦੇ ਸਦਕੇ ਗਏ ਅੱਜ ਅਸਤਿਤਵਸ ਆਜ਼ਾਦੀਆਂ ਦਾ ਸਾਲ ਲੈ ਕਰਨੇ ਮੈਂ ਉਹਨੇ ਸਭ ਨੇ ਅਮਰ ਜੋਦੇ ਦੇ ਪਵਿੱਤਰ ਚੇਤੇ ਦੀ ਪੂਰੀ ਸ਼ਰਧਾ ਕਰਨੇ ਨਮਨ ਕਰਨਾ ਨੇਕੇ ਦੇਸ਼ੇ ਅੰਗਰ ਸਾਡੇ ਰਾਸ਼ਟਰ ਕੀ ਵੀ ਵਿਦੇਸ਼ੀ ਘੁੰਮਤਾ ਦੌਰਾਨ ਬੜੀ ਮਤੀ ਬੇਨਿਆਈ ਤੇ ਅਤਿਆਚਾਰ ਸਹਿਣ ਕਰਨੇ ਪੇ ਉਹ ਭਾਰਤ ਦੀ ਵਿਸ਼ੇਸ਼ਤਾ ਇਹ ਹੀ ਜੇ ਗਾਂਧੀ ਜੀ ਦੀ ਅਗਵਾਈ ਚ ਸਾਡਾ ਸਵਾਧੀਨਤਾ ਅੰਦੋਲਨ ਸੱਚ ਤੇ ਅਹਿੰਸਾ ਦੇ ਸਿਧਾਂਤੇ ਪਰ ਆਧਾਰਿਤ ਰਿਹਾ ਉਨੇ ਧੋਰਨੇ ਰਾਸ਼ਟਨਾਇਕੇ ਭਾਰਤ ਦੀ ਉਪਨੀਵੇਸ਼ਕ ਸ਼ਾਸਨ ਤੋਂ ਮੁਕਤ ਕਰਨ ਦੀ ਬਤ ਤੇ ਦੱਸੀ ਹੈ ਕੰਨੇ ਗਏ ਰਾਸ਼ਟਰ ਦੇ ਇੱਕ ਵਾਰੀ ਫੀ ਨਿਰਮਾਣ ਦਾ ਰੂਪ ਸਰੂਪ ਵੀ ਸਾਹਮਣੇ ਰੱਖਿਆ। ਉਹਨੇ ਭਾਰਤੀ ਜੀਵਨ ਦੇ ਆਦਰਸ਼ ਤੇ ਮਨੁੱਖੀ ਗਰੀਮਾ ਦੀ ਇੱਕ ਵਾਰੀ ਪਰਤੀਆ ਸਥਾਪਨਾ ਵਾਸਤੇ ਵੀ ਪੂਰੇ ਪ੍ਰਾਤੇ ਯਤਨ ਕੀਤੇ। ਆਪਣੇ ਗਣਤੰਤਰ ਦੇ ਜੰਦੇ 75 ਬਰਨ ਦੀ ਯਾਤਰਾ ਪਰ ਅੱਜ ਜਿਸ ਲ ਨਜ਼ਰ ਮਾਰਨੇ ਤਾਂ ਅਸਾਂ ਕੀ ਇਸ ਗੱਲਾ ਪਰ ਮਾਨ ਹੁੰਦਾ ਹੈ جے ਅਸੀਂ ਅਗੜੇ ਵੱਧਨੇ ਵਾਲੀ ਬੱਤਾ ਪਰ ਲੰਮਾ ਪੈਂਡਾ ਮਾਰੀ ਲੇਤਾ ਹੈ ਗਾਂਧੀ ਜੀ ਹੋਰੇ ਅਸੀਂ ਕੀ ਇਹ ਸਿਖਾਇਆ ਹੈ ਜੇ ਗਲਤ ਦਿਸ਼ਾ ਚ ਤੇਜ਼ੀ ਨਾਲ ਗਈਆਂ ਬਧਾਣੇ ਸ਼ਖਰ ਹੈ ਜੇ ਸਹੀ ਦਿਸ਼ਾ ਚ ਬੱਲੇ ਬੱਲੇ ਕੇ ਸਹੀ ਉਹ ਸਦੇ ਕਦਮੇ ਨਾਲ ਅਗੜੇ ਵਧਿਆ ਜਾ ਨੀਕੇ ਪਰੰਪਰਾਇਨ ਨ ਸਮ੍ਰਿੱਧ ਭਾਰਤ ਦੇ ਸਭਨੇ ਕੋਲ ਵੱਡੇ ਤੇ ਜੀਵੰਤ ਲੋਕਤੰਤਰ ਦੀ ਅਦਭੁਤ ਸਫਲਤਾ ਕੀ ਵਿਸ਼ਵ ਸਮੂਹ ਆਦਰ ਮਾਨ ਕਰਨੇ ਦਿਖਦਾ ਹੈ ਪਿਆਰੇ ਦੇਸ਼ ਵਾਸੀਓ पिछे नहीं संपन्न टोक्यो ओलंपिक साढ़े खड़ारियों अपने शानदार प्रदर्शन देश का गौरव बधाया है भारत ने ओलंपिक खेडें अपनी हिस्सेदारी एक सौ इक् वरें सभी शा मते मेडल जितने का इतिहास रचया है सड़ियों धीए नेक रुकावटें की पार करते हुए खेड़ मैदान विश्व स्तर की श्रेष्ठता हासिल की खेडने कुदने के कोकी जीवन के हर खेतर ਮਹਿਿਲਾਂ ਦੀ ਇਸੇਦਾਰੀ ਤੇ ਸਫਲਤਾ ਚ ਯੁੱਗ ਬਦਲੂ ਪਰਿਵਰਤਨ ਹੋ ਆਕਰ ਦੇ। ਉੱਚ ਸਿੱਖਿਆ ਸੰਸਥਾਨਿਤ ਹੋਂ ਲਈ ਹੈ, ਸਸ਼ਸਤਰ ਬਲਨ ਤੱਕਰ, ਪ੍ਰਯੋਗਸ਼ਾਲਾਆਂ ਤੋ ਲਈਆ ਖੇਡ ਮਦਾਨੇ ਤੱਕਰ, ਸਾੜੀਆਂ ਧੀਆਂ ਆਪਣੀ ਬਖਲੀ ਪੰਚਾਨ ਬਣਾ ਕਰ ਦੀਆਂ। ਧੀਆਂ ਦੀ ਇਸ ਕਾਮਯਾਬੀ ਚ ਮਗੀ ਭਵਿੱਖ ਦੇ ਵਿਕਸਿਤ ਭਾਰਤ ਦੀ ਝਲਕ ਨਜ਼ਰ ਆਵਾ ਕਰਦੀ ਹੈ। ਮੇਹਰ ਮਾਤਾ ਪਿਤਾ ਕੀ ਤਕੀਦ ਕਰਨਾ ਜਿਉ ਨਹੀਂ ਹੈ ਹੋਣਾ ਹਰ ਧੀਆਂ ਦੇ ਪਰਿਵਾਰ ਨੇ ਤੋਂ ਸਿੱਖਿਆ ਲੈਣ। ਤੇ ਆਪਣੀ ਇੱਤਿਹਾਸ ਕਿ ਵੀ ਅੱਗੇ ਵਧਣ ਦੇ ਮੌਕੇ ਦੇਣ ਪਿਛਲੇ ਬਰੇ ਆਂਗਰ ਮਹਾਮਾਰੀ ਕਾਰਨ ਇਸ ਵਾਰ ਵੀ ਸੁਤੰਤਰਤਾ ਦਿਵਸ ਸਮਾਰੋ ਵੱਡੇ ਪੈਮਾਨੇ ਪਰ ਨਹੀਂ ਮਨਾਇਆ ਜਾ ਸਕਣ ਅਵੋ ਸਾਡੇ ਸਭ ਨੇ ਦੇ ਦਿਲਚ ਅਰਵੇ ਲੈ ਭਰਪੂਰ ਉਤਸ਼ਾਹ ਬਣੇਦਾ ਹੈ ਅਜੇ ਕਿ ਮਹਾਮਾਰੀ ਦੀ ਤੇਜ਼ੀ ਅਜ ਕਮੀ ਆਈ ਹੈ ਅਵੋ ਕਰੋਨਾ ਵਾਇਰਸ ਦਾ ਅਸਰ ਅਜੇ ਖਤਮ ਨਹੀਂ ਹੋਆ ਇਸ ਬਰੇ ਆਈ ਦੀ ਮਹਾਮਾਰੀ ਦੀ ਦੂਈ ਲਹਿਰ ਦੇ ਵਿਨਾਸ਼ਕਾਰੀ ਪ੍ਰਭਾਵ ਸਾ ਅਜੇ ਅਸ ਉਬਰੀ ਨਹੀਂ ਸਕੇ ਪਿਛਲੇ ਬਾਰੇ ਸਭਨੇ ਲੋਕ ਕੰਦੇ ਟਕੋਦੇ ਜਤਨੇ ਦੇ ਸਦਕੇ ਅਸ ਸੰਕਰਮਣ ਦੇ ਵਿਸਤਾਰ ਪਰ ਕਾਬੂ ਪਾਣੇ ਚ ਕਾਮਯਾਬ ਰਹੇ ਸਾਡੇ ਵਿਗਿਆਨਕੇ ਬੜੇ ਗੇ ਥੋੜੇ ਸਮੇਂ ਚ ਵੈਕਸੀਨ ਤਿਆਰ ਕਰਨ ਦਾ ਕਠਨ ਕੰਮ ਸੰਪੰਨ ਕਰ ਲੱਤੇ ਦਾ ਇਸ ਕਰੀਏ ਇਸ ਬਾਰੇ ਦੇ ਸ਼ੁਰੂ ਚ ਅਸ ਸਭ ਦਾ ਵਿਸ਼ਵਾਸ ਕਰਨੇ ਭਰੇ ਪਰੋਚੇ ਦੇ ਹੀ ਕੀ ਜੇ ਅਸੀਂ ਇਤਿਹਾਸ ਦਾ ਸਭਨੇ ਸ਼ਾ ਵੱਡਾ ਟੀਕਾਕਰਨ ਅਭਿਆਨ ਰੰਬੀ ਦਿੱਤਾ ਹੈ ਪੀਰੀ ਕੋਰੋਨਾ ਵਾਇਰਸ ਦੇ ਨਵੇਂ ਰੂਪੇ ਤੇ ਹੋਰਨੇ ਸਾੜੀ ਸੋਚ ਸਮਾ ਪਰਿਆਲੇਕਾਰ ਨੇ ਦੇ ਨਤੀਜੇ ਤੇ ਤੌਰ ਪਰ ਅਸਾਂ ਕੀ ਦੂਈ ਲਹਿਰ ਦਾ ਭਿਆਨਕ ਪ੍ਰਕੋਪ ਚੱਲਣਾ ਪਿਆ ਮੈਗੇ ਇਸ ਗੱਲ ਦਾ ਡੂੰਗਾ ਦੁੱਖ ਹੈ ਜੇ ਦੂਈ ਲਹਿਰਿਚ ਮਤੇ ਸਾਰੇ ਲੋਕਾਂ ਦੇ ਪ੍ਰਾਣ ਨਹੀਂ ਬਚਾਈ ਜਾਈ ਸਕੇ ਤੇ ਮਤੇ ਸਾਰੇ ਲੋਕਾਂ ਕੀ ਭਾਰੀ ਕਸ਼ਟ ਸਹਨੇ ਪਏ ਇਹ ਭਲਿਆ ਨਵਾਂ ਖਤਰਾ ਮੈਂ ਪੂਰੇ ਦੇਸ਼ੇ ਪਾਸਿਆ तुसे सबने पीड़ित परिवार के दुख बराबर का हिस्सेदार वायरस एक अदृश्य ताकतवर दुश्मन है जिसका विज्ञान आया सराहनेजोग गति करना सामना किता करता है असेंगी इस गल सदोख है जे इस महामारी दौरान अस जेने दान मुहं उ को मत लोगें जान बचाई सकें एक बार परत है ਅਸਾ ਆਪਣੇ ਸਾਂਝੇ ਸੰਕਲਪ ਦੀ ਤਾਕਤ ਕਰਨਗੇ ਦੂਈ ਲਹਿਰਚ ਕਮੀ ਦਿਖੀ ਸਕਾ ਕਰਨੇ ਅਰਚਾਲੀ ਦਾ ਖਤਰਾ ਮੂਲ ਲੈਂਦੇ ਹੋਈ ਸਾਡੇ ਡਾਕਟਰਾਂ ਨਰਸਾਂ ਸਿਹਤ ਕਰਮੀਆਂ ਪ੍ਰਸ਼ਾਸਕਾਂ ਤੇ ਹੋਰਨੇ ਕੋਰੋਨਾ ਯੁੱਧ ਦੇ ਯਤਨ ਨੇ ਕੋਰੋਨਾ ਦੀ ਦੂਈ ਲਹਿਰ ਪਰ ਕਾਬੂ ਪਾਇਆ ਜਾਕਰਦਾ ਹੈ ਕੋਵਿਡ ਦੀ ਦੂਈ ਲਹਿਰ ਕਾਰਨ ਸਾਡੀ ਸਾਰਵਜਨਿਕ ਸਿਹਤ ਸੇਵਾਏ ਦੇ ਬੁਨਿਆਦੀ ਢਾਂਚੇ ਪਰ ਬੜਾ ਦਬਾਅ ਪਿਆ ਹੈ ਸੱਚ ਤੇ ਹੈ जिकसित अर्थव्यवस्थाएं समेत कुसावी भी बुनियादी ढांचा इस विकराल संकट का सामना करने समर्थ सिद्ध नहीं हुआ। असें अपने सेहत सरिस्त मजबूत बनाने लिए युद्ध स्तर पर जतन किते देश के दे नेतृत्व ने इस चुनौती का डटिया सामना किता केंद्र सरकार के जतने के कनों करनी राज्य सरकारें निजी खेतर दें सेहत सुविधाएँ गैर सरकारी संगठने समूहें सक्रिय योगदान किता इस असाधारण अभियान के कें देशें खुले दिल ने जरूरी चीजा बस्ता उस चाली सत्या जो भारत ने मते सारे देशों की दवाइया उपकरण से वैक्सीन मुहैया करवाई ही इस सहायता लिए मैं विश्व समुदाय का आभार प्रकट करना इन्हें सबने जत्नेदार नतीजा यह है जो काफी हद तक सामान्य स्थिति बहाल हो गई है ਤੇ ਹੁਣ ਸਾਡੇ ਜ਼ਿਆਦਾਤਰ ਦੇਸ਼ ਵਾਸੀ ਸੁਖਦ ਅਸਾ ਲਿਆ ਕਰਦੇ ਹਨ ਉਹਨਾਂ ਤੋਂ ਹੀ ਦੇ ਅਨੁਭਵ ਤੋਂ ਇਹ ਸਿੱਖ ਮਿਲੀ ਹੈ ਜੇ ਅਜੇ ਅਸੀਂ ਸਭ ਨੇ ਕੀ ਲਗਾਤਾਰ ਸਾਵਧਾਨੀ ਵਰਤਣ ਦੀ ਲੋੜ ਹੈ ਇਸ ਲਈ ਵੈਕਸੀਨ ਅਸੀਂ ਸਭ ਨੇ ਲਈ ਵਿਗਿਆਨ ਅਸਿਆ ਸੁਲਭ ਕਰਾਇਆ ਗਿਆ ਸਰਵੋਤਮ ਸੁਰੱਖਿਆ ਕਵਚ ਹੈ ਸਾਡੇ ਦੇਸ਼ਾਂ ਚ ਚਲਾ ਕਰਦੇ ਵਿਸ਼ਵ ਦੇ ਸਾਰੇ ਕੋਨਾ ਵੱਡੇ ਟੀਕਾਕਰਨ ਅਭਿਆਨ ਤਹਿਤ ਉਹਨਾਂ ਤੋਂ ਹੀ 50 ਕਰੋੜ ਕੋਲਾ ਮਤੇ ਦੇਸ਼ ਵਾਸੀਆਂ ਕੀ ਵੈਕਸੀਨ ਲੱਗੀ ਗਈ ਹੈ ਮੈਂ ਸਭਨੇ ਦੇਸ਼ ਵਾਸੀਆਂ ਕੀ ਆਗਰਹ ਕਰਨਾ ਜੋ ਪ੍ਰੋਟੋਕਾਲ ਮੁਜੱਬ ਹੈ ਤੌਲੇ ਸ਼ਤੌਲੇ ਵੈਕਸੀਨ ਲੁਵਾਈ ਲੈਣ ਤੇ ਹੋਰਨੇ ਵੀ ਇਹਦੇ ਲਈ ਪ੍ਰੇਰਿਤ ਕਰਨ ਮੇਰੇ ਪਿਆਰੇ ਦੇਸ਼ ਵਾਸੀਓ ਇਸ ਮਹਾਮਾਰੀ ਦਾ ਅਸਰ ਅਰਥ ਵਿਵਸਥਾ ਲਈ ਊਨਾਂਗੇ ਬినాਸ਼ਕਾਰੀ ਹੈ ਜਿੰਨਾ ਲੋਕਾਂ ਦੀ ਸਿਹਤ ਲਈ ਸਰਕਾਰ ਗਰੀਬ ਤੇ ਖਲਕੇ ਮਜਾਤਲੇ ਤਬਕੇ ਦੇ ਲੋਕਾਂ ਦੇ ਕਰਨੋ ਕਰਨੀ ਲੋਕੇ ਤੇ ਮਿਹਰਟੇ ਉਦਯੋਗਾਂ ਦੀਆਂ ਸਮੱਸਿਆਵਾਂ 'ਤੇ ਵੀ ਫਿਕਰਮੰਦ ਲਈ ਹੈ ਸਰਕਾਰ ਉਹਨੇ ਮਜ਼ੂਰੇ ਤੇ ਉਦਮੀਆਂ ਦੀਆਂ ਜ਼ਰੂਰਤਾਂ ਲਈ ਵੀ ਸੰਵੇਦਨਸ਼ੀਲ ਰਹੀ ਹੈ ਜਿਨੇ ਕਿ ਲਾਕਡਾਊਨ ਤੇ ਆਉ ਜਾਈ ਪਰ ਪਾਬੰਦੀਆਂ ਕਰੀ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਡੀਆਂ ਜ਼ਰੂਰਤਾਂ ਦੀ ਸਮਝਦੇ ਹੋਈ ਸਰਕਾਰ ਨੇ ਪਿਛਲੇ ਵਾਰ ਉਹਨਾਂ ਕੀ ਰਾਹਤ ਪਹੁੰਚਾਉਣੇ ਤਾਂਈ ਕਈ ਸਲਿਸਤੇ ਕੀਤੇ ਹੈ ਇਸ ਪਰ ਵੀ ਸਰਕਾਰ ਨੇ ਮਈ ਤੇ ਜੂਨ 'ਚ ਕੋਈ 80 ਕਰੋੜ ਲੋਕਾਂ ਦੀ ਅਨਾਜ ਮੁਹैया ਕਰਵਾਇਆ ਉਹਨਾਂ ਇਸਾਇਟਾ ਦੇ ਅਲੀਟੋ ਰਿਪੋਰਟ ਐ ਦਿੱਤੀ ਗਈ ਹੈ ਇਸ ਦੇ ਇਲਾਵਾ ਕੋਵਿਡਸ ਤੋਂ ਪ੍ਰਭਾਵਿਤ ਕਿਸ਼ ਉਦਮਾਂ ਨੂੰ ਵਿੜਾਵਾ ਦੇਣ ਲਈ ਸਰਕਾਰ ਐ ਹਾਲੇ ਚ 6 ਲੱਖ 28000 ਕਰੋੜ ਰੁਪਏ ਦੇ ਪ੍ਰੋਸਾਨ ਪੈਕੇਜ ਦੀ ਘੋਸ਼ਣਾ ਕੀਤੀ ਹੈ ਇਹ ਤੱਥ ਖਾਸ ਤੌਰ ਪਰ ਸੰਦੋਖ ਦੇਣ ਵਾਲਾ ਹੈ ਜੇ ਚਿਕਿਤਸਾ ਸਹੂਲਤਾਂ ਦੇ ਵਿਸਤਾਰ ਵਾਸਤੇ ਇੱਕ ਵਰੇ ਦੀ ਮੁੱਦਤ ਵਿੱਚ ਗਏ 32000 220 ਕਰੋੜ ਰੁਪਏ ਖਰਚ ਕੀਤੇ ਜਾਕਰ ਮਿੱਗੀ ਇਸ ਗੱਲ 'ਤੇ ਖੁਸ਼ੀ ਹੈ ਜੇ ਸਭ ਨੇ ਰੁਕਾਵਟਾਂ ਦੇ ਬਾਵਜੂਦ ਦਿਹਾਤੀ ਖੇਤਰੇ 'ਚ ਤੇ ਖਾਸ ਤੌਰ 'ਤੇ ਕਸਾਨੀ ਵਾਲੇ ਖੇਤਰੇ 'ਚ ਵਿਰਧੀ ਜਾਰੀ ਹੈ ਅਜੇ ਹੁਣ ਜਈਗਾ ਕਾਨਪੁਰ ਦੇ ਜ਼ਿਲ੍ਹੇ 'ਚ ਸਥਿਤ ਆਪਣੇ ਗ੍ਰਾਮ ਪਰੌਂਖ ਦੀ ਯਾਤਰਾ ਦੌਰਾਨ ਮਿੱਗੇ ਦਿਖੀਏ ਬੜੀ ਖੁਸ਼ੀ ਹੋਈ ਜੇ ਦਿਹਾਤੀ ਇਲਾਕੇ 'ਚ ਜੀਨ ਸੋਖਾ ਬਣਾਉਣੇ ਚਾਹੀਂ ਬੁਨਿਆਦੀ ਢਾਂਚੇ ਦਾ ਬੇਹੱਦ ਵਿਕਾਸ ਕੀਤਾ ਜਾ ਕਰਦਾ ਹੈ ਸ਼ਹਿਰੀ ਤੇ ਗ੍ਰਾਮੀਣ ਖੇਤਰੇ ਵਿਚ ਆਟਾ ਮਨੋਵਿਗਿਆਨਕ ਛਿੰਡਾ ਉਹਨ ਪਹਿਲੇ ਦੇ ਮੁਕਾਬਲੇ ਬੜਾ ਘਟ ਹੋਈ ਹੈ ਦਾ ਮੂਲ ਰੂਪ ਵਿੱਚ ਭਾਰਤ ਗਰਾਂਏ ਚ ਕਿ ਬਸਦਾ ਹੈ ਇਸ ਕਰੀਏ ਉਹਨੇ ਵਿਕਾਸ ਦੇ ਪੈਮਾਨੇ ਪਰ ਪਿੱਛੇ ਨਹੀਂ ਰੋਨ ਦਿੱਤਾ ਜਾ ਸਕਦਾ ਇਸੇ ਕਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮੇਤ ਸਾਡੇ ਕਿਸਾਨ ਭਰਾਏ ਪੈਣੇ ਲਈ ਖਾਸ ਅਭਿਆਨੇ ਪਰ ਜ਼ੋਰ ਦਿੱਤਾ ਜਾ ਕਰਦਾ ਹੈ ਇਸ ਸਭ ਜਤਨ ਆਤਮ ਨਿਰਭਰ ਭਾਰ ਦੀ ਸੋਚ ਦੇ ਅਨੁਸਾਰ ਸਾਡੀ ਅਰਥ ਵਿਵਸਥਾ ਚ ਗੁੱਝੀ ਵਿਕਾਸ ਖਮਤਾ ਪਰ ਪੱਕ ਪਰੋਸੇ ਨੇ ਸਰਕਾਰ ਹੈ ਰੱਖਿਆ ਸੇਤ ਸ਼ਹਿਰੀ ਹਵਾਬਾਜ਼ੀ ਬਿਜਲੀ ਤੇ ਹੋਰ ਨੇ ਖੇਤਰੇ ਚ ਰਾਸ ਪੂੰਜੀ ਲਾਣੇ ਦੀ ਔਰ ਸਖਲਾ ਬਣਾਇਆ ਹੈ ਸਰਕਾਰ ਇਸ ਆ ਪਰਿਆਵਰਣ ਦੇ ਮੁਤਾਬਕ ਊਰਜਾ ਦੇ ਨਵੀਕਰਨੀ ਸਰੋਤੇ ਖਾਸ ਕਰੀ ਹੈ ਸੂਰਜ ਤੋਂ ਬਿਜਲੀ ਪੈਦਾ ਕਰਨ ਦੇ ਨਵੇਂ ਜਤਨ ਦੇ ਕੁੱਲ ਦੁਨੀਆ 'ਚ ਤਾਰੀਫ ਉਹ ਆ ਕਰਦੀ ਹੈ ਜਿਸ ਲੈ ਈਜ਼ ਆਫ ਡੂਇੰਗ ਬਿਜ਼ਨਸ ਦੀ ਰੈਂਕਿੰਗ 'ਚ ਸੁਧਾਰ ਹੁੰਦਾ ਹੈ ਉਸ ਲੈ ਉਸ ਦਾ ਕਾਰੀ ਦਾ ਅਸਰ ਦੇਸ਼ ਵਾਸੀਆਂ ਦੀ ਈਜ਼ ਆਫ ਲਿਵਿੰਗ ਉੱਪਰ ਵੀ ਪੋਂਦਾ ਹੈ ਇਸ ਦੇ علاوہ ਜਨ ਕਲਿਆਣ ਵਾਲੀ ਯੋਜਨਾਵਾਂ 'ਤੇ ਖਾਸ ਜ਼ੋਰ ਦਿੱਤਾ ਜਾ ਕਰਦਾ ਹੈ ਮਿਸਾਲ ਦੇ ਤੌਰ 'ਤੇ 70000 ਕਰੋੜ ਰੁਪਏ ਦੀ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਦੀ ਬਦੌਲਤ ਸਾਡਾ ਆਪਣਾ ਘਰ ਉਹਨਾਂ ਦਾ ਸੁਖ ਨਾਲ ਸੱਚਵਾ ਕਰਦਾ ਹੈ ਐਗਰੀਕਲਚਰਲ ਮਾਰਕੀਟਿੰਗ ਵਿੱਚ ਕੀਤੇ ਗਏ ਨੇਕੀ ਸੁਧਾਰੇ ਕਰੀ ਸਾਡੇ ਅੰਨਦਾਤਾ ਕਰਸਾਨ ਹੋਰ ਵੀ ਸਸ਼ਕਤ ਹੋਣਗੇ ਤੇ ਉਹਨੇ ਕੀ ਆਪਣੇ ਉਤਪਾਦਾਂ ਦੀ ਬਿਹਤਰ ਕੀਮਤ ਹਾਸਲ ਹੋ ਸਰਕਾਰ ਨੇ ਹਰ ਦੇਸ਼ ਵਾਸੀ ਦੀ ਸਮਰਥਾ ਕੀ ਔਰ ਮਤਾ ਬਧਾਣ ਲਈ ਨੇਕਾਂ ਗਈਆਂ ਫੁੱਟੀਆਂ ਜਿੰਦੇ ਚਾ ਕਿਸ ਇੱਕ ਦਾ ਜ਼ਿਕਰ ਮੈਂ ਕੀਤਾ प्यारे देशवासियों उन जम्मू कश्मीर नवीं जागृति नज़र आवा कर दी है। लोकवाद के कानून के शासन भरोसा रखने आ सभ्य पक्षों ने सलाह सुत्रा का अमल शुरू करी दिते दा। मैं जम्मू कश्मीर बसनी के बसनीकें खास करिए इस मौके लाह ते लोकवादी संस्थाएं रें अपनी आसें तागें सच आसे सक्रिय होने की तकीद करना ਸਮੂਲ체 ਵਿਕਾਸ ਦੇ ਪ੍ਰਭਾਵ ਕਾਰਨ ਅੰਤਰਰਾਸ਼ਟਰੀ ਮੰਚ ਪਰ ਭਾਰਤ ਦਾ ਕਦ ਉੱਚਾ ਹੋਆ ਕਰਦਾ ਹੈ ਇਹ ਤਬਦੀਲੀ ਮੁੱਖ ਬਹੁਪੱਖੀ ਮੰਚੇ ਪਰ ਸਾੜੇ ਅਸਰਦਾਰ ਹਿੱਸੇਦਾਰੀ ਚ ਤੇ ਨੇਕੇ ਦੇਸ਼ ਗੰਨਾ ਸਾੜੇ ਦੋਪੱਖੀ ਸਰਬੰਧੇ ਕੀ ਮਜ਼ਬੂਤ ਬਣਾਉਣ ਦੀ ਸੂਰਤ ਚ ਜ਼ਾਹਿਰ ਹੋਆ ਕਰਦੀ ਹੈ ਪਿਆਰੇ ਦੇਸ਼ ਵਾਸੀਓ 75 ਬਰੇ ਪਹਿਲੇ ਜਦੋਂ ਭਾਰਤ ਨੇ ਆਜ਼ਾਦੀ ਹਾਸਲ ਕੀਤੀ ਹੀ तद नेक यह शक हा ज लोकवाद सफल नहीं हो कुशवा इस तत्व नावाकब है ज पुराने वक्तें लोकवाद दड़ा पौड़ा इस भारत की ज़िमीं च बदिया फलिया हाँ आधुनिक युग भी भारत बिजन कुसा भेदभाव के सभन व्यस्कें वोट पाने का हक देने नेकें पछ्छमी मुल्खे को अगे रहा है साष्ट्र निर्माताए ਜਨਤਾ ਦੀ ਸਮਝਦਾਰੀ ਚ ਆਪਣੀ ਆਸਥਾ ਪ੍ਰਗਟ ਕੀਤੀ ਤੇ ਅਸ ਭਾਰਤ ਦੇ ਲੋਕ ਆਪਣੇ ਦੇਸ਼ਾ ਦੀ ਤਾਕਤਵਰ ਲੋਕਵਾਦੀ ਦੇਸ਼ ਬਣਾਉਣ ਵਿੱਚ ਕਾਮਯਾਬ ਰਹੇ ਹਾਂ ਸਾਡਾ ਲੋਕਤੰਤਰ ਸੰਸਦੀ ਪ੍ਰਣਾਲੀ ਪਰ ਆਧਾਰਿਤ ਹੈ ਇਸ ਲਈ ਸੰਸਦ ਸਾਡੇ ਲੋਕਵਾਦ ਦਾ ਮੰਦਰ ਹੈ ਜਿੱਥੇ ਜਨਤਾ ਦੀ ਸੇਵਾ ਲਈ ਮਤਵਾਲੇ ਮੁੱਦੇ ਪਰ ਬਹਿਸ ਮੁਬਾਸੇ ਗੱਲਬਾਤ ਤੇ ਨਿਰਣਾ ਕਰਨੇ ਦਾ ਸਭ ਨੇ ਕੋਲਾ ਉੱਚਾ ਮੰਚ ਅਸਾਂ ਹੀ ਉਪਲਬਧ ਹੈ ਇਹ ਸਭ ਨੇ ਦੇਸ਼ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਜੇ ਸਾਡੇ ਲੋਕਵਾਦ ਦੇ ਇੱਕੇ ਮੰਦਰ ਦੀ ਨੇੜੇ ਭਵਿੱਖੇ ਚ ਇੱਕ ਨਵੇਂ ਭਵਨ ਵਿੱਚ ਸਥਾਪਨਾ ਹੋਣ ਜਾ ਕਰਦੀ ਹੈ ਇਹ ਭਵਨ ਸਾਡੀ ਰੀਤੀ ਨੀਤੀ ਕੀ ਅਭਿਵਿਅਕਤ ਕਰੇ ਇਸੇ ਸਾਡੀ ਵਿਰਾਸਤ ਲਈ ਸਨਮਾਨ ਦਾ ਭਾਵ ਹੋ ਤੇ ਕੰਨੇ ਗਏ ਆਪਣੇ ਸਮੇਂ ਦੀ ਦੁਨੀਆ ਕੰਨੇ ਕਦਮ ਰਲਾਈ ਹੈ ਚੱਲਣ ਦੀ ਕੁਸ਼ਲਤਾ ਵੀ ਸਾਹਮਣੇ ਹੋ ਆਜ਼ਾਦੀਆਂ ਦੀ 75ਵੀਂ ਬਰੇਗੰਡ ਦੇ ਇਸ ਮੌਕੇ ਪਰ ਇਸ ਨਵੇਂ ਭਵਨ ਦੇ ਉਦਘਾਟਨ ਕੀ ਵਿਸ਼ਵ ਦੇ ਸਭਨੇ ਕੋਲਾ ਵੱਡੇ ਲੋਕਤੰਤਰ ਦੀ ਵਿਕਾਸ ਯਾਤਰਾ ਚ ਇੱਕ ਇਤਿਹਾਸਿਕ ਪ੍ਰਸਥਾਨ ਬਿੰਦੂ ਮੰਨਿਆ ਜਾਦਾ ਹੈ ਸਰਕਾਰ ਐ ਇਸ ਖਾਸ ਬਰੇਗੀ ਯਾਦਗਾਰ ਬਣਾਉਣ ਲਈ ਨਿਕੇ ਯੋਜਨਾਵਾਂ ਦਾ ਸ਼ੁਭ ਆਰੰਭ ਕੀਤਾ ਹੈ ਗਗਨ ਯਾਨ ਮਿਸ਼ਨ ਉਹਨੇ ਅਭਿਆਨਾਂ ਚ ਟਕੋਦੇ ਮਤਵ ਵਾਲਾ ਹੈ ਇਸ ਮਿਸ਼ਨ ਤਹਿਤ ਭਾਰਤੀ ਵਾਯੂ ਸੈਨਾ ਦੇ ਕਿਸ਼ ਪਾਇਲਟ ਵਿਦੇਸ਼ੀ ਚ ਸਿਖਲਾਈ ਲੈ ਕਰਦੇ ਜਿਸ ਲੈ ਉਹ ਅੰਤਰਿਕਸ਼ ਵਿੱਚ ਡਵਾਰੀ ਭਰਗਣ ਉਸ ਲਈ ਭਾਰਤ ਮਾਨਵ ਯੁਕਤ ਅੰਤਰਿਕਸ਼ ਮਿਸ਼ਨ ਦੀ ਅੰਜਾਮ ਦੇਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਗਾ ਇਹ ਸਾਰੀ ਆਸੇ ਤਾਂਗੇ ਦੀ ਦਵਾਰੀ ਕੁਸਾ ਵੀ ਕਿਸਮ ਦੀ ਅਦਾਚ ਬਣਾਉਣ ਵਾਲੀ ਨਹੀਂ ਹੈ ਫੇ ਵੀ ਸਾਡੇ ਪੈਰ ਯਥਾਰਥ ਦੀ ਠੋਸ ਜਿਮੀ ਪਰ ਟਿਕੇ ਦਿਨ ਅਸਾਂ ਕੀ ਇਹ ਅਹਿਸਾਸ ਹੈ ਜੇ ਆਜ਼ਾਦੀ ਲਈ ਮਰੀ ਮਿਟਣ ਵਾਲੇ ਸਵਾਧੀਨਤਾ ਸੈਨਾਨੀਆਂ ਦੇ ਸੁਖਣੇ ਕੀ ਅਮਲੀ ਰੂਪ ਦੇਣੇ ਵਾਲੀ ਭੇਟਾ ਅਸੀਂ ਅਜੇ ਮੱਥਾ ਅਗੇ ਜਾਣਾ ਹੈ ਉਹ ਸੁਖ ਨੇ ਸਾਡੇ ਸੰਵਿਧਾਨ ਵਿੱਚ ਨਿਆ ਸੁਤੰਤਰਤਾ ਬਰੋਬਰੀ ਤੇ ਭਾਈਚਾਰਾ ਇਹਨਾਂ ਚੌ ਸਾਰ ਗਰਭਿਤ ਸ਼ਬਦ ਰਹਿ ਸਾਫ ਤੌਰ ਪਰ ਸ਼ਾਮਲ ਕੀਤੇ ਗਏ ਦਿਨ ਨਾ ਬਰੋਬਰੀ ਵਾਲੀ ਵਿਸ਼ਵ ਵਿਵਸਥਾ ਚ ਔਰ ਮਤੀ ਸਮਾਨਤਾ ਲਈ ਤੇ ਬੇਨਿਆਈ ਵਾਲੇ ਅਲਾਤੀ ਚ ਔਰ ਮਤੇ ਨਿਆ ਲਈ ਪੱਕੇ ਪੈਰੇ ਯਤਨ ਕਰਨ ਦੀ ਲੋੜ ਹੈ ਨਿਆਵਰੇ ਸੋਚਮਤੀ ਵਿਆਪਕੋ ਯਧੀ ਹੈ ਜਿਦੇਚ ਆਰਥਿਕ ਤੇ ਪਰਿਆਵਰਣ ਕੰਨਾਂ ਜੋੜੇਦਾਰ ਨਿਆ ਵੀ ਸ਼ਾਮਲ ਹੈ ਅਗੜੀ ਬੱਤ ਬੜੀ ਆਸਾਨ ਨਹੀਂ ਹੈ ਅਸਾਂ ਕਿ ਕਈ ਜਟਲ ਤੇ ਕਠਨ ਪੜਾਈ ਪਾਰ ਕਰਨੀ ਹੋਗਣ ਪਰ ਅਸੇ ਸਭਨੇ ਕੀ ਅਸਾਧਾਰਨ ਮਾਰਗਦਰਸ਼ਨ ਉਪਲਬਧ ਹੈ ਇਹ ਮਾਰਗਦਰਸ਼ਨ ਅਸਾਂ ਕੀ ਬਖ ਬਖ ਸਰੋਤਾਂ ਤੋਂ ਆਸਲਵਾ ਕਰਦਾ ਹੈ ਸਦੀਆਂ ਪਹਿਲੇ ਦੇ ਲਿਖੀ ਮੁਨੀਏ ਕੋਲੋਂ ਲਈ ਹੈ ਆਧੁਨਿਕ ਯੁਗ ਦੇ ਸੰਤੇ

ਗੰਭੀਰ ਚੁਣੌਤੀਆਂ ਖੜੀ ਦੀਆਂ ਸਮੁੰਦਰ ਦੇ ਚ ਪਾਣੀ ਦੀ ਸਤ੍ਹਾ ਵਧਾ ਕਰਦੀ ਹੈ ਗਲੇਸ਼ੀਅਰ ਪਿਗਲਾ ਕਰਦੇ ਤੇ ਪ੍ਰithvi ਦੇ ਤਾਪਮਾਨ ਵਿੱਚ ਵਾਧਾ ਹੋਵਾ ਕਰਦਾ ਹੈ ਇਸ ਚਾਲੀ ਜਲਵਾਯੂ ਚ ਤਬਦੀਲੀ ਸਾਡੇ ਜੀਵਨ ਕੀ ਪ੍ਰਭਾਵਿਤ ਕਰਾ ਕਰਦੀ ਹੈ ਸਾਡੇ ਲਈ ਗੋ ਵਾਲੀ ਗੱਲ ਹੈ ਜੇ ਭਾਰਤ ਨੇ ਨਹੀਂ ਛੜੇ ਪੈਰਿਸ ਜਲਵਾਯੂ ਸਮਝੌਤੇ ਦੀ ਪਾਲਣਾ ਕੀਤੀ ਹੈ ਸਗੋਂ ਜਲਵਾਯੂ ਦੀ ਰੱਖਿਆ ਲਈ ਤੈ ਕੀਤੇ ਗਦੇ ਵਚਨ ਕੋਲਾ ਵੀ ਵੱਧ ਯੋਗਦਾਨ ਕਰਾ ਕਰਦਾ ਹੈ ਫੇ ਵੀ ਮਾਨਵਤਾ ਦੀ ਵਿਸ਼ਵ ਸਤਰ ਪਰ ਆਪਣੇ ਤੌਰ ਤਰੀਕੇ ਬਦਲਣ ਦੀ ਸਖਤ ਜ਼ਰੂਰਤ ਹੈ ਇਸੇ ਕਰੀਏ ਭਾਰਤੀ ਗਿਆਨ ਪਰੰਪਰਾ ਪਾਸ ਹੈ ਦੁਨੀਆ ਦਾ ਰੌਂ ਬਦਦਾ ਜਾ ਕਰਦਾ ਹੈ ਨਈ ਗਿਆਨ ਪਰੰਪਰਾ ਜਿਹਦਾ ਨਿਰਮਾਣ ਵੇਦਾਂ ਤੇ ਉਪਨਿਸ਼ਦਾਂ ਦੇ ਰਚਨਾਕਾਰਿਆਂ ਸਿਆ ਕੀਤਾ ਗਿਆ ਰਾਮਾਇਣ ਤੇ ਮਹਾਵਾਰਤ ਦੇ ਜਿਹਦਾ ਵਰਣਨ ਹੋਆ ਭਗਵਾਨ ਮਹਾਵੀਰ ਭਗਵਾਨ ਬੁੱਧ ਤੇ ਗੁਰੂ ਨਾਨਕ ਦੁਆਰਾ ਜਿਹਦਾ ਪ੍ਰਸਾਰ ਹੋਆ ਤੇ ਮਹਾਤਮਾ ਗਾਂਧੀ ਜੀ ਨੇ ਲੋਕệ ਦੇ ਜੀਵਨ ਚ ਉਬਾਂਧਿਆ ਜੀ ਗਾਂਧੀ ਜੀ ਨੇ ਆਖਿਆ ਹਾ ਜੇ ਕੁਦਰਤ ਦੇ ਅਨੁਸਾਰ ਜੀਣੇ ਦੀ ਕਲਾ ਸਿੱਖਣੇ ਲਈ ਯਤਨ ਕਰਨਾ ਪਉਂਦਾ ਪਰ ਬਾਰ-ਬਾਰ ਜਿਸ ਵਲ ਉਸ ਨਦੀਆਂ ਤੇ ਪਹਾੜੇ ਪਸ਼ੂਆਂ ਤੇ ਪਖੇਰੂਆਂ ਕੰਨਾਂ ਸਰਬੰਧ ਬਨਾਈ ਲੈਂਦੇ ਹੋ ਤਾਂ ਕੁਦਰਤ ਆਪਣੇ ਗੁੱਜੇ ਪੇ ਦੇਂਗੀ ਤੁੰਦੇ ਸਾਹਮਣੇ ਬੰਦੇਰੀ ਦਿੰਦੀ ਹੈ ਆਓ ਅ ਸੰਕਲਪ ਕਰ ਚਾਏ ਜਿਵੇਂ ਗਾਂਧੀ ਜੀ ਦੇ ਇਸ ਸੰਦੇਸ਼ ਕੀ ਆਪਣੇ ਅੰਦਰ ਥਾਪੀ ਲੈ ਚਾ ਤੇ ਜਿਸ ਭਾਰਤ ਭੂਮੀ ਪਰ ਅਸਰੋਨੇ ਆ ਉਸ ਦੇ ਪਰਿਆਵਰਣ ਦੇ ਸੰਰਖਣ ਲਈ ਤਿਆਗ ਵੀ ਕਰ ਗਏ ਸਾਡੇ ਸੁਤੰਤਰਤਾ ਸੈਨਾਨੀਏ ਚ ਦੇਸ਼ ਪ੍ਰੇਮ ਤੇ ਤਿਆਗ ਦੀ ਭਾਵਨਾ ਸਭਨੇ ਕੋਲਾ ਉੱਪਰ ਹੀ ਉਹਨੇ ਆਪਣੇ ਇਤਿਹਾਨ ਦੀ ਚਿੰਤਾ ਨਹੀਂ ਕਰਦੇ ਹੋਏ ਅਰ ਚਾਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਮੈਂ ਦੇਖਿਆ ਜੇ ਕੋਰੋਨਾ ਦੇ ਸੰਕਟ ਦਾ ਸਾਹਮਣਾ ਕਰਨੇ ਚ ਵੀ लखें लोकें अपनी सेहतु की परवा नहीं करते हुई मानवता प्रति निस्वार्थ भाव ने होरने के स्वास्थ्य प्राने की रक्षा ला भारी खतरे ठोए नारे कोविड योद्धे की मैं हिरदय कराहना करना नेकें कोविड योद्धे की अपनी जान भी गोनी पे मैं उन्हें सभनी की याद की नमन करना पिछे नहीं गए कारगिल विजय दिवस के उपलक्ष्य मैं लद्दाख स्थित कारगिल युद्ध समारक द्रास बहादुर की श्रद्धांजलि देने लिए जाना चाहता हाँ पर रस्ते मौसम खराब हो जाने करी मेरा उस दिन समारक तगर पजना संभव नहीं हो सकिया। वीर सीर के सम्मान उस दिन मैं बारामूला डैगर वार मेमोरियल पर शहीदें श्रद्धांजलि अर्पित की मेमोरियल ਉਨੇ ਸਭ ਨੇ ਸੈਨਿਕਾਂ ਦੀ ਸੋਚੀ ਸੰਭਾਲ ਵਿੱਚ ਬਣਾਇਆ ਗਿਆ ਜਿਨੇ ਆਪਣੇ ਫਰਜ਼ ਅਲੀ ਬੱਤਾ ਪਰ ਸਰਵੋੱਚ ਬਲੀਦਾਨ ਦਿੱਤਾ ਹੈ। ਉਹਨੇ ਜਾਂਬਾਜ਼ ਜੋਧੇ ਦੀ ਵੀਰਤਾ ਤੇ ਤਿਆਗ ਦੀ ਸਰਾਨਾ ਕਰਦੀ ਹੋਈ ਮੈਂ ਦੇਖਿਆ ਜੇ ਉਸ ਯੁੱਧ ਸਮਾਰਕ ਵਿੱਚ ਇੱਕ ਆਦਰਸ਼ ਵਾਕ્ય ਅੰਕਿਤ ਕੀਤਾ ਗਿਆ ਹੈ। ਮੇਰਾ ਹਰ ਕਾਮ ਦੇਸ਼ ਕੇ ਨਾਮ। ਇਹ ਆਦਰਸ਼ ਵਾਕ્ય ਅਸੀਂ ਸਭ ਨੇ ਦੇਸ਼ ਵਾਸੀਆਂ ਕੀ। ਮੰਤਰ ਦੇ ਰੂਪ ਵਿੱਚ ਆਪਣੀ ਆਤਮਾ ਨੂੰ ਵਸਾਈ ਲੈਣਾ ਲੋੜਸਦਾ ਹੈ ਤੇ ਰਾਸ਼ਟਰ ਦੇ ਵਿਕਾਸ ਲਈ ਪੂਰੀ ਨਿਸ਼ਠਾ ਤੇ ਸਮਰਪਣ ਭਾਵਨਾ ਕਰਨੇ ਕੰਮ ਕਰਨਾ ਚਾਹੀਦਾ ਹੈ ਮੈਂ ਚਾਹੁੰਦਾ ਕਿ ਰਾਸ਼ਟਰ ਤੇ ਸਮਾਜ ਦੇ ਇਤਿਗੀ ਸਭਨੇ ਕੋਲ ਉੱਪਰ ਰੱਖਣ ਦੀ ਇਸੇ ਭਾਵਨਾ ਕਰਨੇ ਅਸਬਹ ਦੇਸ਼ ਵਾਸੀ ਭਾਰਤ ਦੀ ਪ੍ਰਗਤੀ ਵਾਲੇ ਰਸਤੇ ਪਰ ਅੱਗੇ ਲੈ ਜਾਣੇ ਵਾਸਤੇ ਇਕਜੁੱਟ ਹੋਈ ਜਾਚ ਹੈ ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਖਾਸ ਤੌਰ 'ਤੇ ਭਾਰਤੀ ਸਸ਼स्त्र ਬਲੰਦੇ ਵੀਰ ਜਵਾਨੀ ਦੀ ਸਰਾਹਨਾ ਕਰਨਾ ਜਿਨ੍ਹਾਂ ਸਾਡੀ ਆਜ਼ਾਦੀ ਦੀ ਰੱਖਿਆ ਕੀਤੀ ਹੈ ਤੇ ਲੋੜ ਪਉਣੇ ਪਰ ਹਸਦੇ ਹਸਦੇ ਆਪਣਾ ਬલિદાન ਵੀ ਦਿੱਤਾ ਹੈ ਮੈਂ ਸਭਨੇ ਪ੍ਰਵਾਸੀ ਭਾਰਤੀਆਂ ਦੀ ਵੀ ਪ੍ਰਸ਼ੰਸਾ ਕਰਨਾ ਉਹਨੇ ਜਿਸ ਵੀ ਦੇਸ਼ ਵਿੱਚ ਘਰ ਬਸਾਇਆ ਉੱਥੇ ਆਪਣੀ ਮਾਤਰੀ ਭੂਮੀ ਦੀ ਛਵੀ ਗੀ ਉਜਵਲ ਬਣਾਈ ਰੱਖਿਆ ਹੈ ਮੈਂ ਇੱਕ ਵਾਲੀ ਪਰਤੀ ਹੈ ਤੁਸੀਂ ਸਭਨੇ ਕੀ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੀ ਪੂਰਵਲੀ ਸਨ੍ਯਾ ਵਧਾਈ ਦਿਨਾ ਇਹ ਬਰੇਗੰਡ ਮਨਾਉਂਦੀ ਹੋਈ ਮੇਰਾ ਹਿਰਦਾ ਸਹਿਜੇ ਗਏ ਆਜ਼ਾਦੀਆਂ ਦੇ ਸਦੀਵਦੀ ਬਰੇ 2047 ਦੇ ਸਸ਼ਕਤ ਸਮਰਿੱਧ ਤੇ ਸ਼ਾਂਤੀਪੂਰਨ ਭਾਰਤ ਦੀ ਪਰਿਕਲਪਨਾ ਨਾਲ ਪਰੋਚੇਦਾ ਮੈਂ ਇਹ ਮੰਗਲ ਕਾਮਨਾ ਕਰਨਾ ਜਿਸਾੜੇ ਸੱਭਿਆ ਦੇਸ਼ ਵਾਸੀ ਕੋਵਿਡ ਮਹਾਮਾਰੀ ਦੀ ਕਰੋਪੀ ਤੋਂ ਮੁਕਤ ਹੋਣ ਨੂੰ तो सुखी समृद्ध बत्ता पर अगें बदन एक बार सबने की सभन मुभकामना धन्यवाद जय हिंद